ਕੁਛ ਗੱਲਾਂ ਦੀ ਸੱਚਾਈ ਜਿਹੜੀ ਹੈ ਪੰਜਾਬ ਦੇ ਲੋਕਾਂ ਦੇ ਸਾਹਮਣੇ ਆਉਣੀ ਚਾਹੀਦੀ ਹੈ। ਅੱਜ ਜਿਸ ਤਰੀਕੇ ਨਾਲ ਤਲਵੰਡੀ ਮੌੜ ਜਿਹੜਾ ਪੱਟੀ ਵਿਧਾਨ ਸਭਾ ਹਲਕੇ ਦਾ ਇੱਕ ਪਿੰਡ ਹੈ ਜਿੱਥੇ ਰਾਜਵਿੰਦਰ ਸਿੰਘ ਜਿਹੜਾ ਉਹਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਔਰ ਸਿਰਫ ਉਹਦੇ ਪਿੱਛੇ ਮਕਸਦ ਇਹੀ ਸੀ ਵੀ ਪਿੰਡ ਵਾਲਿਆਂ ਨੇ ਇੱਕ ਜਿਹਨੂੰ ਰਾਜਵਿੰਦਰ ਸਪੋਰਟ ਕਰਦਾ ਸੀ ਉਹ ਸਾਡੀ ਭੈਣ ਨੂੰ ਚੋਣਾਂ ਵਾਸਤੇ ਸਪੋਰਟ ਕੀਤਾ ਸੀ ਔਰ ਰਾਜਵਿੰਦਰ ਖੁਦ ਆਮ ਆਦਮੀ ਪਾਰਟੀ ਦਾ ਇੱਕ ਅਹਿਮ ਵਰਕਰ ਸੀ, ਲਗਾਤਾਰ ਆਮ ਆਦਮੀ ਪਾਰਟੀ ਦੀਆਂ ਐਕਟੀਵਿਟੀਆਂ 'ਚ ਪਾਰਟੀਸਪੇਟ, ਜਾਗਰੂਕ ਔਰ ਜੁਝਾਰੂ ਪੋਲੀਟੀਸ਼ੀਅਨ ਐਕਟੀਵਿਸਟ ਸੀ ਔਰ ਮੈਂ ਮੀਡੀਆ ਦੇ ਰਾਹੀਂ ਉਹਨਾਂ ਦੇ ਪਰਿਵਾਰ ਨੂੰ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਵੱਲੋਂ ਇਹ ਕਹਿਣਾ ਚਾਹੁੰਦਾ ਹਾਂ ਕਿ ਆਮ ਆਦਮੀ ਪਾਰਟੀ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਮੁਸ਼ਕਲ ਔਰ ਦੁੱਖ ਦੀ ਘੜੀ 'ਚ ਰਾਜਵਿੰਦਰ ਸਿੰਘ ਦੇ ਨਾਲ ਉਹਨਾਂ ਦੇ ਪਰਿਵਾਰ ਦੇ ਨਾਲ ਖੜੀ ਹੈ ਔਰ ਹਰ ਸੰਭਵ ਜਿੱਥੇ ਉਸ ਪਰਿਵਾਰ ਨੂੰ ਜਸਟਿਸ ਦਵਾਇਆ ਜਾਊਗਾ, ਨਿਆਂ ਦਵਾਇਆ ਜਾਊਗਾ, ਉੱਥੇ ਹਰੇਕ ਤਰੀਕੇ ਨਾਲ ਸਰਕਾਰ ਉਸ ਪਰਿਵਾਰ ਦੀ ਮਦਦ ਲਈ ਵੀ ਹਮੇਸ਼ਾ ਨਾਲ ਰਹੂਗੀ ਔਰ ਐਜ ਸੂਨ ਐਜ ਪੋਸੀਬਲ ਜਿਹੜੇ ਲੋਕ ਇਸ ਮੰਦਭਾਗੀ ਘਟਨਾ ਨੂੰ ਅੰਜਾਮ ਦਿੱਤਾ ਹੈ ਕਾਤਲਾਂ ਨੂੰ ਉਹਨਾਂ ਦੇ ਖਿਲਾਫ ਸਖ਼ਤ ਕਾਰਵਾਈ ਕਰਕੇ ਸਜ਼ਾ ਵੀ ਦਵਾਊ। ਦੂਸਰਾ ਪਹਿਲੂ ਇਹ ਹੈ ਕਿ ਇਸ ਸਰਪੰਚੀ ਚੋਣਾਂ ਦੇ ਦੌਰਾਨ ਭਗਵੰਤ ਮਾਨ ਜੀ ਦੀ ਸਰਕਾਰ ਨੇ ਤਮਾਮ ਕੋਸ਼ਿਸ਼ਾਂ ਕੀਤੀਆਂ ਕਿਤੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨਾ ਬਣੇ। ਈਵਨ ਮਾਣਯੋਗ ਮੁੱਖ ਮੰਤਰੀ ਜੀ ਵੱਲੋਂ ਕਈ ਮਹੀਨੇ ਪਹਿਲਾਂ ਤੋਂ ਇਹ ਲਗਾਤਾਰ ਅਪੀਲ ਕੀਤੀ ਗਈ ਕਿ ਪਿੰਡ ਦਾ ਸਰਪੰਚ ਬਣਾਇਓ, ਧੜੇ ਦਾ ਪਾਰਟੀ ਦਾ ਨਾ ਬਣਾਇਓ, ਤਾਂ ਕਿ ਪਿੰਡਾਂ 'ਚ ਜਿਹੜੀਆਂ ਦੁਸ਼ਮਣੀਆਂ ਪੈਂਦੀਆਂ, ਜਿਸ ਤਰੀਕੇ ਨਾਲ ਅੱਜ ਨੌਜਵਾਨ ਸਾਡੇ ਹੱਥੋਂ ਚਲੇ ਗਏ, ਇਸ ਤਰ੍ਹਾਂ ਜਿਹੜੇ ਪਰਿਵਾਰਾਂ ਦੇ ਜੀਅ ਜਾਂਦੇ ਆ, ਇਹ ਚੀਜ਼ਾਂ ਤੋਂ ਬਚਿਆ ਜਾਵੇ। ਇਸੇ ਕਰਕੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਹਮੇਸ਼ਾ ਅਪੀਲ ਕਰਦੇ ਰਹੇ ਔਰ ਬਹੁਤ ਹੱਦ ਤੱਕ ਸਫਲਤਾ ਵੀ ਕਈ ਥਾਵਾਂ 'ਤੇ ਮਿਲੀ ਆ ਕਿ ਲੋਕਾਂ ਨੇ ਧੜੇਬੰਦੀਆਂ ਤੋਂ ਉੱਪਰ ਉੱਠ ਕੇ, ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਹਿਮਤੀ ਬਣਾ ਕੇ ਇੱਕ ਸਾਂਝੇ ਬੰਦੇ ਨੂੰ ਸਰਪੰਚ ਬਣਾਉਣ ਦੀ ਜ਼ਿੰਮੇਵਾਰੀ ਦਿੱਤੀ ਹੈ। ਲੇਕਿਨ ਸਭ ਤੋਂ ਵੱਡੀ ਗੱਲ ਇਹ ਆ ਵੀ ਅੱਜ ਪਿਛਲੇ 3 ਦਿਨਾਂ 'ਚ 2 ਬਹੁਤ ਮੰਦਭਾਗੀਆਂ ਘਟਨਾਵਾਂ ਹੋਈਆਂ। 2 ਦਿਨ ਪਹਿਲਾਂ ਜਲਾਲਾਬਾਦ 'ਚ ਵੀ ਇੱਕ ਆਮ ਆਦਮੀ ਪਾਰਟੀ ਦੇ ਵਰਕਰ ਨੂੰ ਗੋਲੀਆਂ ਮਾਰ ਕੇ ਗੰਭੀਰ ਰੂਪ 'ਤੇ ਜਿਹੜਾ ਹੈ ਉਹਨੂੰ ਘਾਇਲ ਕੀਤਾ ਗਿਆ ਔਰ ਹਜੇ ਵੀ ਉਹ ਬੰਦਾ ਹੌਸਪੀਟਲ 'ਚ ਜ਼ਿੰਦਗੀ ਔਰ ਮੌਤ ਦੀ ਲੜਾਈ ਲੜ ਰਿਹਾ ਲੁਧਿਆਣੇ 'ਚ। ਔਰ ਦੂਜਾ ਅੱਜ ਜਿਹੜਾ ਘਟਨਾ ਘਟੀ ਹੈ ਜਿਹਦੇ 'ਚ ਇੱਕ ਨੌਜਵਾਨ ਜਿਹੜਾ ਆਪਣੀ ਜਾਨ ਜਿਹੜਾ ਆ ਉਹ ਗਵਾ ਬੈਠਾ ਔਰ ਇਹ ਇਸ ਗੱਲ ਦਾ ਹਾਮੀ ਭਰਦਾ ਹੈ ਕਿ ਜਿਹੜੇ ਅਕਾਲੀ ਕਾਂਗਰਸੀ ਕਈ ਸਾਲਾਂ ਤੱਕ ਸੱਤਾ 'ਚ ਰਹੇ ਆ, ਜਿਹੜੇ ਅੱਜ ਘੜਿਆਲੀ ਅਥਰੂ ਜਿਹੜੇ ਕਦੀ ਉਹ ਇਲੈਕਸ਼ਨ ਕਮਿਸ਼ਨ ਕੋਲ ਜਾ ਰਹੇ ਆ, ਮੈਂ ਹੁਣੇ ਸੁਣ ਰਿਹਾ ਸੀ ਰਾਜਾ ਵੜਿੰਗ ਜੀ ਕਾਂਗਰਸ ਦੇ ਪ੍ਰਧਾਨ ਵੀ ਇੱਕ ਪ੍ਰੈਸ ਕਾਨਫਰੰਸ ਕਰ ਰਹੇ ਸੀ, ਅਖੇ ਜੀ ਧੱਕਾ ਹੋਇਆ। ਧੱਕਾ ਅਗਰ ਹੋਇਆ ਹੈ ਉਹ ਤੇ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਵਰਕਰਾਂ ਨਾਲ ਹੋ ਰਿਹਾ, ਜਿਹਨਾਂ ਨੂੰ ਗੋਲੀਆਂ ਮਾਰੀਆਂ ਜਾ ਰਹੀਆਂ, ਜਿਹਨਾਂ ਨੂੰ ਕਤਲ ਕੀਤਾ ਜਾ ਰਿਹਾ ਔਰ ਇਹ ਫਿਤਰਤ ਰਹੀ ਹੈ ਇਹ ਪਾਰਟੀਆਂ ਦੋਨਾਂ ਦੀ, ਈਵਨ ਬੀਜੇਪੀ ਅਕਾਲੀ ਔਰ ਕਾਂਗਰਸ ਦੀ, ਕਿ ਇਹ ਜਿੰਨੀਆਂ ਵੀ ਚਾਹੇ ਉਹ ਕਾਰਪੋਰੇਸ਼ਨ ਦੀਆਂ ਚੋਣਾਂ ਹੋਈਆਂ ਇਹਨਾਂ ਦੇ ਰਾਜ 'ਚ, ਚਾਹੇ
ਨਗਰ ਪੰਚਾਇਤਾਂ ਦੀਆਂ ਹੋਈਆਂ ਚਾਹੇ ਸਰਪੰਚੀ ਦੀਆਂ ਹੋਈਆਂ, ਇਹਨਾਂ ਲੋਕਾਂ ਨੇ ਇਲੈਕਸ਼ਨ ਨੂੰ ਡੈਮੋਕਰੈਟਿਕ ਪੀਸਫੁਲੀ ਹੋਣ ਨਹੀਂ ਦਿੱਤਾ, ਲੁੱਟਿਆ। ਔਰ ਇਸ ਗੱਲ ਦਾ ਅੰਦਾਜ਼ਾ ਆਪਾਂ ਲਾਓ ਕਿ ਅੱਜ ਜਦੋਂ ਵਿਰੋਧੀ ਧਿਰ ਚ ਜਦੋਂ ਇਹ ਬਿਲਕੁਲ ਰਾਜਨੀਤਿਕ ਤੌਰ ਤੇ ਖਤਮ ਹੋ ਚੁੱਕੇ ਆ, ਫਿਰ ਵੀ ਇਸ ਤਰੀਕੇ ਨਾਲ ਦਿਨ ਦਿਹਾੜੇ ਕਤਲੇਆਮ ਨੂੰ ਅੰਜਾਮ ਦੇ ਰਹੇ ਤੇ ਜਦੋਂ ਇਹ ਸੱਤਾ ਦੇ ਗਰੂਰ ਚ ਹੋਣਗੇ ਤੇ ਕਿਸ ਹੱਦ ਤੱਕ ਪੰਜਾਬ ਦੇ ਲੋਕਾਂ ਤੇ ਕਹਿਰ ਬਰਪਾਉਂਦੇ ਹੋਣਗੇ, ਕਿਸ ਹੱਦ ਤੱਕ ਡੈਮੋਕਰੇਸੀ ਦਾ ਘਾਣ ਕਰਦੇ ਹੋਣਗੇ, ਕਿਸ ਹੱਦ ਤੱਕ ਆਮ ਲੋਕਾਂ ਨੂੰ ਇਸ ਡੈਮੋਕਰੈਟਿਕ ਪ੍ਰੋਸੈਸ ਤੋਂ ਵਾਂਝਾ ਰੱਖਦੇ ਹੋਣਗੇ, ਇਹਦਾ ਅੰਦਾਜ਼ਾ ਲਗਾਉਣਾ ਬੜਾ ਸੌਖਾ ਹੈ ਕਿ ਅਕਾਲੀ ਭਾਜਪਾ ਔਰ ਕਾਂਗਰਸ ਦੇ ਲੋਕਾਂ ਨੇ ਕਿਸ ਤਰੀਕੇ ਨਾਲ ਮਾਨ ਸਾਹਿਬ ਦੀ ਸਰਕਾਰ ਦੇ ਦੌਰਾਨ ਗੁੰਡਾਗਰਦੀ ਕੀਤੀ ਹੈ, ਬਾਜ ਨਹੀਂ ਆਏ, ਨੌਜਵਾਨਾਂ ਦੇ ਕਤਲ ਕਰ ਰਹੇ, ਗੋਲੀਆਂ ਮਾਰ ਰਹੇ ਆ, ਤੇ ਆਪਣੇ ਰਾਜ ਚ ਕਿਸ ਹੱਦ ਤੱਕ ਜਾਂਦੇ, ਕਿਹੜੇ ਮੂੰਹ ਨਾਲ ਇਲੈਕਸ਼ਨ ਕਮਿਸ਼ਨ ਕੋਲ ਜਾ ਰਹੇ, ਕਿਹੜੇ ਮੂੰਹ ਨਾਲ ਪ੍ਰੈਸ ਕਾਨਫਰੰਸ ਕਰ ਰਹੇ ਆ? ਰਾਜਾ ਵੜਿੰਗ ਜੀ, ਤੁਸੀਂ ਤੇ ਮਤਲਬ ਹੱਦਾਂ ਪਾਰ ਕਰਤੀਆਂ। ਔਰ ਮੈਂ 100% ਸ਼ੋਰ ਹੈ ਜਿਹੜਾ ਸਾਡੇ ਨੌਜਵਾਨ ਦਾ, ਆਮ ਆਦਮੀ ਪਾਰਟੀ ਦੇ ਵਰਕਰ ਦਾ ਕਤਲ ਅੱਜ ਪੱਟੀ ਚ ਹੋਇਆ ਹੈ, ਉਸ ਵਰਕਰ ਦੇ ਕਤਲ ਨੂੰ ਅੰਜਾਮ ਦੇਣ ਵਾਲੇ 100% ਲੋਕ ਜਿਹੜੇ ਆ ਉਹ ਐਫੀਲੀਏਟਡ ਨਿਕਲਣਗੇ ਕਾਂਗਰਸ ਜਾਂ ਅਕਾਲੀ ਭਾਜਪਾ ਦੇ। ਕਿਉਂ? ਕਿਉਂਕਿ ਇਹਨਾਂ ਦੋਨਾਂ ਪਾਰਟੀਆਂ ਨੇ ਨੌਜਵਾਨਾਂ ਨੂੰ ਗੈਂਗਸਟਰ ਬਣਾ ਕੇ ਪੈਟਰੋਨਾਈਜ਼ ਕੀਤਾ, ਇਹਨਾਂ ਲੋਕਾਂ ਨੇ ਗੁਨਾਹਗਾਰਾਂ ਨੂੰ, ਇਹਨਾਂ ਲੋਕਾਂ ਨੇ ਬਦਮਾਸ਼ਾਂ ਨੂੰ ਪਾਲਿਆ, ਵੱਡਾ ਕੀਤਾ, ਤਗੜਾ ਕੀਤਾ। ਇਹ ਅਕਾਲੀ ਭਾਜਪਾ ਔਰ ਕਾਂਗਰਸ ਦੀਆਂ ਸਰਕਾਰਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਇਸ ਕੁਰਾਹੇ ਪਾ ਕੇ ਪੈਟਰੋਨਾਈਜ਼ ਕਰਕੇ ਇਸ ਤਰ੍ਹਾਂ ਦੀਆਂ ਹਜ਼ਾਰਾਂ ਘਟਨਾਵਾਂ ਹੁੰਦੀਆਂ ਹੋਣਗੀਆਂ ਉਸ ਟਾਈਮ। ਔਰ ਇਹ ਤੇ ਮੈਨੂੰ ਲੱਗਦਾ ਵੀ ਕਿ ਇਹ ਤੇ ਬਹੁਤ ਜ਼ਿਆਦਾ ਆਈਡੈਂਟੀਫਾਈ ਨਹੀਂ ਹੋਣ ਦਿੰਦੇ ਹੋਣਗੇ, ਮੀਡੀਆ 'ਚ ਆ ਨਹੀਂ ਪਾਉਂਦੀਆਂ ਹੋਣਗੀਆਂ। ਅੱਜ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਦੇ ਵਰਕਰ ਸਾਹਿਬਾਨਾਂ ਨੂੰ, ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਦੇ ਸਪੋਰਟਰ ਸਾਹਿਬਾਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ, ਜਿੱਥੇ ਅਸੀਂ ਉਹਨਾਂ ਨੂੰ ਕੰਡੈਮ ਕਰਦੇ ਹਾਂ, ਉੱਥੇ ਉਸ ਪਰਿਵਾਰ ਨੂੰ ਇਸ ਦੁੱਖ ਦੀ ਘੜੀ 'ਚ ਇਸ ਗੱਲ ਦਾ ਹੌਂਸਲਾ ਵੀ ਦਿੰਦੇ ਕਿ ਆਮ ਆਦਮੀ ਪਾਰਟੀ, ਭਗਵੰਤ ਮਾਨ ਜੀ ਦੀ ਸਰਕਾਰ ਇਸ ਮੁਸ਼ਕਲ ਘੜੀ 'ਚ ਉਹਨਾਂ ਦੇ ਨਾਲ ਖੜੀ ਹੈ। ਔਰ ਜਿਹੜੇ ਲੋਕ ਲੰਮਾ ਸਮਾਂ ਇਸ ਪੰਜਾਬ 'ਤੇ ਰਾਜ ਕਰਦੇ ਰਹੇ, ਉਹਨਾਂ ਦਾ ਜਿਹੜਾ ਇੱਕ ਚਿਹਰਾ ਹੈ ਗੁੰਡਾਗਰਦੀ ਦਾ, ਗੈਂਗਸਟਰਾਂ ਨੂੰ ਪੁਸ਼ਤ ਬਣਾਈ ਦਾ, ਉਹ ਬੇਨਕਾਬ ਹੋਇਆ। ਔਰ ਜਿਹੜੇ ਜਿਹੜੇ ਲੋਕ ਇਸ ਦੁਖਦ ਘਟਨਾ 'ਚ ਸ਼ਾਮਿਲ ਹੋਣਗੇ, ਜ਼ਿੰਮੇਵਾਰ ਹੋਣਗੇ ਕਤਲ ਦੇ, ਉਹਨਾਂ ਸਾਰਿਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਜਿਹੜੀ ਆ ਮਾਨ ਸਾਹਿਬ ਦੀ ਸਰਕਾਰ ਆਉਣ ਵਾਲੇ ਟਾਈਮ 'ਚ ਦਊਗੀ। ਔਰ ਮੈਂ ਇੱਕ ਵਾਰ ਫਿਰ ਉਸ ਪਰਿਵਾਰ ਨੂੰ, ਉਸ ਪਰਮਾਤਮਾ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਰਾਜਵਿੰਦਰ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਣ, ਔਰ ਪਰਿਵਾਰ ਨੂੰ ਜਿਹੜਾ ਇਸ ਦੁੱਖ ਦੀ ਘੜੀ 'ਚ ਹਿੰਮਤ ਦੇਣ ਪਰਮਾਤਮਾ, ਇਹੀ ਮੈਂ ਬੇਨਤੀ ਕਰਦਾ।